ਗੱਲ ਤੇ ਗੌਰ ਕਰਿਆ ਜੀ, ਪੰਜਾਬੀ ਸੁਰੇਖੀ ਜ਼ੁਬਾਨ ਵਿੱਚ ਮੁਸ਼ਕਿਲ ਗੱਲ ਕਰਨਾ ਬੜਾ ਔਖਾ ਹੈ, ਲੇਕਿਨ ਅੱਜ ਮੈਂ ਮੁਸ਼ਕਿਲ ਗੱਲ ਕਰਦਾ ਪਿਆ ਕਿਬਲਾ। ਗੱਲ ਤੇ ਗੌਰ ਕਰਿਆ, ਜੇਨੂੰ ਪੱਕ ਲਈ ਆਪਣੇ ਸ਼ਜਰੇ ਦਾ ਸਿਰਫ ਨਬੀ ਜਾ ਜੀਓ ਜੀਓ ਸਲਾਮਤ ਰਹੋ ਜੀ, ਮਿਹਰਬਾਨੀ ਜੀ, ਮਿਹਰਬਾਨੀ, ਬਹੁਤ ਸ਼ੁਕਰੀਆ। ਜਾਂਦੇ ਯਾਰਾਂ ਪੁੱਤਰ ਇਮਾਮ ਹੋਵਣ। ਮੈਂ ਕੱਲ ਹਮ ਰਹੀਮ ਯਾਰ ਖਾਨ ਅਲੀ ਵਾਨ ਬਿਲਾਲ ਗੱਲੂ ਕੋਲ ਮੁੜ ਚਲਾ ਗਿਆ ਅਲੀਪੁਰ ਗੱਲੋਂ, ਅੱਗੇ ਡਿਊਟੀਆਂ ਅਦਾ ਕਰਦਾ ਕਰਦਾ ਸਫ਼ਰ ਕਰਦੇ ਜਨਾਬ ਵਾਸਤੇ ਹਾਜ਼ਰ ਹੋ ਗਿਆ ਅੱਗੇ ਜਾਣ। ਮੇਰਾ ਦਿਲ ਬਣਿਆ, ਮੈਂ ਇਹਨਾਂ ਨੂੰ ਗੱਲ ਆਖਿਆ, ਯਾਰ ਇਤਨੀ ਦਾਤ ਸਾਨੂੰ ਰਹੀਮ ਯਾਰ ਖਾਨ ਲੈ ਦਿੱਤੀ ਹੈ, ਮੁੜ ਮੈਨੂੰ ਇੱਕ ਕਸੀਦੇ ਦਾ ਨਾ ਆਖਿਆ, ਇਹ ਨਾ ਪੜਸਾਂ ਹੋਰ ਕੋਈ ਪੜਸਾਂ। ਇਹਨਾਂ ਆਖਿਆ ਜੀ ਇਹ ਤਾਂ ਅਸਾਂ ਹੁਣ ਪੜ੍ਹਨਾ ਹੀ ਪੜ੍ਹਨਾ, ਹੁਣ ਹੀ ਸਾਡੀ ਪੁੱਠ 'ਤੇ ਚੜ੍ਹਿਆ, ਹੁਣ ਹੀ ਛੋੜਦੇ, ਵੀ ਇਹ ਨਹੀਂ ਹੋ ਸਕਦਾ। ਕਸੀਦਾ ਅਸਾਂ ਪੜ੍ਹਨਾ ਹੈ, ਸ਼ੇਰ ਪੜ੍ਹਨ ਲੱਗਾ ਜੀ। ਕਸੀਦੇ 'ਤੇ ਗੌਰ ਕਰੀ ਔਰ ਵੇਖੀ, ਉਹ ਜਾਣੇ ਇਹ ਜਾਣੇ, ਜਾਣੇ 'ਤੇ ਗੌਰ ਰੱਖਣੇ, ਕੌਣ ਜਾਣੇ ਅਤੇ ਕਿਵੇਂ ਜਾਣੇ। ਬੰਦੇ ਟੁਰ ਪਏ ਨਬੀ ਦੇ ਕੋਲ, ਆ ਕਹਿੰਦੇ ਨੇ ਦਰਵਾਜ਼ਾ ਧੀ ਦਾ, ਉੱਥੇ ਖੜੇ ਹੋ ਕੇ ਇਜਾਜ਼ਤ ਮੰਗਦੇ ਹੋ, ਜੇ ਸਾਹਮਣੇ ਆ ਜੇ ਤੇ ਉੱਠ ਕੇ ਤਾਜ਼ੀਮ ਕਰਦੇ, ਉਹ ਧੀ ਹੈ। ਨਬੀ ਦੇ ਚਿਹਰੇ ਤੇ ਜਲਾਲ ਆਇਆ, ਇਹਨਾਂ ਬੰਦਿਆਂ ਦੇ ਪਾਸੇ ਵੇਖ ਕੇ ਬਿਲ, ਮੈਂ ਧੀ ਦਾ ਨਹੀਂ ਉੱਠਦਾ ਆਪਣੀ ਮਰਜ਼ੀ ਤੋਂ, ਕਿਉਂ ਆਹਦਾ ਆਪ ਚਲੀ ਜਾ। ਤੁਸੀਂ ਸਾਰੇ ਬੋਲੋ ਹੈਦਰੀ। ਮਿਹਰਬਾਨੀ ਜੀ, ਮਿਹਰਬਾਨੀ ਜੀ, ਜੀ ਜੀ ਬਿਸਮਿਲ੍ਲਾ। ਲੱਖ ਵਾਰੀ ਅਗਰ ਨਬੀ ਪੇ ਫਰਮਾਉਂਦੇ, ਮੈਨੂੰ ਰੱਬ ਆਹਦਾ ਮੈਂ ਸਾਨੂੰ ਪਤਾ ਤੁਸੀਂ ਕੌਣ ਹੋ। ਨਬੀ ਫਰਮਾਇਆ ਤੁਹਾਨੂੰ ਨਹੀਂ ਪਤਾ ਮੈਂ ਕੌਣ ਹਾਂ,
मैं दसना मैं कौन ते मैनू जान दा कौन है मैं नाज سلطان میرا رتبہ ویر علی جا جڑا بول سکدے ہاتھ چے بولا حیدری دوسرا نارا حیدری تیسرا نارا حیدری چوتھا نارا حیدری پنجواں نارا حیدری نبی پہ فرمان کھول نبیاں دا سلطان